ਹੈਲੋ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਸਾਡੇ ਚੈਨਲ ਐਚ ਕੇ ਬੁਟੀਕ 'ਤੇ। ਮੇਰਾ ਨਾਂ ਹੈ ਜੀ ਹਰਜੀਤ, ਅਤੇ ਆਈ ਹੋਪ ਕਿ ਤੁਸੀਂ ਸਾਰੇ ਠੀਕ ਠਾਕ ਅਤੇ ਵਧੀਆ ਹੋਵੋਗੇ। ਜਿਹੜੇ ਆਪਾਂ ਅੱਜ ਸੂਟ ਦਿਖਾਵਾਂਗੇ ਜੀ, ਹੈ ਤਾਂ ਇਹ ਪਾਰਟੀ ਵੀਅਰ, ਮਤਲਬ ਕਿ ਜਿਵੇਂ ਕਿ ਹੁਣ ਠੰਡ ਦਾ ਮੌਸਮ ਸ਼ੁਰੂ ਹੋਇਆ, ਪਰ ਆਪਾਂ ਜਿਹੜੇ ਸੂਟ ਲੈ ਕੇ ਆਏ ਹਾਂ ਇਹ ਪਾਰਟੀ ਵੀਅਰ ਸੂਟ ਆ। ਜਿਵੇਂ ਕਿ ਹੁਣ ਫੰਕਸ਼ਨ ਦਾ ਵੀ ਸਾਰੇ ਦੇਖੋ ਟਾਈਮ ਹੀ ਹੈ, ਅਤੇ ਇਹ ਸਾਰੇ ਲੈਸ ਸੇਲ ਪ੍ਰਾਈਜ਼ ਦੇ ਵਿੱਚ ਰਹਿਣਗੇ ਜੀ। ਕੋਈ ਸੂਟ ਆਪਣੇ ਕੋਲ ਸਿੰਗਲ ਹੈ, ਔਰ ਕੋਈ ਜੇ ਕਿਸੇ ਕਿਸੇ ਸੂਟ ਦੇ ਵਿੱਚ ਦੋ ਕਲਰ ਵੀ ਹੈ, ਇਸੇ ਕਰਕੇ ਇਹ ਨਾ ਸੇਲ ਰੇਟ ਦੇ ਵਿੱਚ ਨੇ ਸਾਰੇ। ਆਪਾਂ ਤਾਂ ਦਿਖਾਉਂਦੇ ਹਾਂ ਔਰਗੈਂਜਾ ਦੇ ਸੂਟ ਰਹਿਣਗੇ ਇਹ ਸਾਰੇ ਅੱਜ। ਇਹ ਰਹੇ ਜੀ ਫਸਟ ਸੂਟ, ਇਹ ਵਾਲਾ ਸੂਟ ਹੈ ਨਾ ਜਿਹੜਾ, ਇਹ ਪਿਓਰ ਔਰਗੈਂਜਾ ਦਾ ਜੀ, ਵਿਸਕੋਸ ਔਰਗੈਂਜਾ ਰਹੇਗੀ ਇਹਦੇ ਸੂਟ ਦੀ। ਦੇਖੋ ਆਪਣੇ ਕੋਲ ਇਸ ਟਾਈਮ ਇਹ ਸਿੰਗਲ ਹੀ ਹੈ, ਬਾਕੀ ਦੇ ਤਾਂ ਕਲਰ ਇਹਦੇ ਹੈ ਨਹੀਂ ਹੈ ਜੀ, ਆਪਣੇ ਕੋਲ ਸੇਲ ਹੋ ਚੁੱਕੇ। ਇਹ ਸਿੰਗਲ ਕਲਰ, ਇਹ ਆਪਣੇ ਨੈਕ 'ਤੇ ਆ ਜਾਏਗਾ ਫਲਾਰ, ਇੱਦੂ ਨੀਚੇ ਆ ਜਾਏਗਾ। ਦੇਖੋ ਇਹ ਸੈਂਟਰ 'ਤੇ ਫਲਾਰ ਥਰੈਡ ਨਾਲ, ਇਹ ਦੇਖੋ ਗੋਟਾ ਪੱਤੀ ਦਾ ਵਰਕ ਹੋਇਆ ਵਾ ਅਤੇ ਆਪਣਾ ਥਰੈਡ ਦਾ ਕੰਮ ਹੋਇਆ ਵਾ ਜੀ। ਇਹ ਫਲਾਰ ਆਪਾਂ ਨੂੰ ਘੇਰੇ 'ਤੇ ਮਿਲਣਗੇ, ਦੇਖੋ ਜੀ ਬਹੁਤ ਸੋਹਣੇ ਦਾ ਘੇਰਾ ਬਣਿਆ ਹੋਇਆ, ਅਤੇ ਘੇਰੇ 'ਤੇ ਆਪਾਂ ਨੂੰ ਤਿੰਨ ਫਲਾਰ ਮਿਲਣਗੇ। ਇਹ ਕੰਮ ਮਿਲੂਗਾ ਜੀ ਆਪਾਂ ਨੂੰ ਬਾਹਾਂ 'ਤੇ, ਸਲੀਵਸ 'ਤੇ ਵੀ ਆਪਾਂ ਨੂੰ ਕੰਮ ਮਿਲੂਗਾ, ਇਹ ਦੋਨਾਂ ਬਾਹਾਂ ਦਾ ਆ ਜਾਏ। ਜਿਹੜੀ ਇਹਦੀ ਬੋਟਮ ਆ ਜੀ ਸੇਮ ਹੀ ਰਹੇਗੀ, ਪਿਓਰ 'ਚ ਰਹੇਗੀ। ਤੁਸੀਂ ਨਾ ਇੱਥੋਂ ਦੇਖੋ ਫੈਬਰਿਕ ਫੁੱਲ ਪਿਓਰ ਦਾ ਇਹ ਕੱਪੜਾ ਹੈ ਜੀ। ਇਹ ਆਪਾਂ ਨੂੰ 4 ਮੀਟਰ ਮਿਲੇਗੀ ਵਿਦ ਸ਼ਰਟ ਦੀ ਲਾਈਨਿੰਗ ਵੀ ਇਹਦੇ ਵਿੱਚ ਹੀ, ਇਹਦੀ 4.5 ਮੀਟਰ ਦੀ ਮਿਲੇਗੀ, ਸਾਰੀ 4.5 ਮੀਟਰ ਕੱਪੜਾ ਰਹੇਗਾ ਇਹ। ਬੋਟਮ ਵੀ ਬਣ ਜਾਏਗੀ ਅਤੇ ਸ਼ਰਟ ਦੀ ਲਾਈਨਿੰਗ ਵੀ, ਅਤੇ ਔਰਗੈਂਜਾ ਦਾ ਰਹੇਗਾ ਜੀ ਦੁਪੱਟਾ। ਦੁਪੱਟੇ ਦਾ ਫੈਬਰਿਕ ਵੀ ਵਿਸਕੋਸ ਹੈ, ਕੰਟਰਾਸਟ ਦੇ ਵਿੱਚ ਦੁਪੱਟਾ ਰਹੇਗਾ। ਦੇਖੋ ਇਸ ਤਰ੍ਹਾਂ ਕਰਕੇ ਇਹਦੇ ਪੱਲੇ ਬਣੇ ਹੋਏ ਆ, ਪੱਲਿਆਂ 'ਤੇ ਫੁੱਲ ਵਰਕ, ਕੋਰਨਰ ਇਹਨਾਂ 'ਤੇ ਫਲਾਰ ਬਣੇ ਹੋਏ ਆ, ਅਤੇ ਇਸ ਤਰ੍ਹਾਂ ਕਰਕੇ ਕਟਵਰਕ ਵੀ ਹੋਇਆ ਵਾ ਆਪਣਾ ਪੱਲੇ 'ਤੇ ਇਸ ਤਰ੍ਹਾਂ ਵਰਕ। ਸੈਂਟਰ 'ਚੋਂ ਪਲੇਨ ਆ ਦੁਪੱਟਾ, ਅਤੇ ਇਹ ਜਿਹੜਾ ਦੂਸਰੇ ਪੱਲੇ ਦਾ ਵਰਕ। 2750 ਦਾ ਪ੍ਰਾਈਜ਼ ਹੈ ਜੀ। ਇਸ ਸੂਟ ਦਾ ਪ੍ਰਾਈਜ਼ ਹੈਗਾ 2750, 2750। ਸੇਲ ਦੇ ਵਿੱਚ ਇਹ, ਸੇਲ ਆਫਰ ਦੇ ਵਿੱਚ ਇਹ ਸੂਟ ਹੈ, ਸਿੰਗਲ ਹੀ ਸੂਟ ਹੈ ਜੀ। ਇਹ ਦੇਖੋ ਸੈਕਿੰਡ ਸੂਟ, ਇਹ ਈਵਾ ਬ੍ਰਾਂਡ ਦਾ ਹੈ, ਮਿਕਸ ਜੇ ਸੂਟ ਹੈ ਜੀ ਸਾਰੇ ਤਰ੍ਹਾਂ ਦੇ। ਇਹਦੇ ਵਿੱਚ ਜ਼ਿਆਦਾਤਰ ਐਂ ਵੀ ਸਟਾਫ ਆ ਜਿਹੜਾ ਔਰਗੈਂਜਾ ਮਿਲੇਗਾ, ਵੈਸੇ ਮਿਕਸ ਵਰਾਇਟੀ ਹੈ ਸੂਟਾਂ ਦੀ। ਇਹ ਨੈੱਕ ਦੇਖੋ ਜੀ, ਐਮਬਰਾਇਡਰੀ ਬਹੁਤ ਸੋਹਣੀ ਹੋਈ ਵੀ ਹੈ, ਮਿਰਰ ਦੇ ਨਾਲ ਉਹਨੂੰ ਹਾਈਲਾਈਟ ਕਰਿਆ ਹੋਇਆ ਸਾਰੇ ਐਮਬਰਾਇਡਰੀ ਨੂੰ, ਬਹੁਤ ਸੋਹਣਾ ਨੈੱਕ ਬਣਿਆ ਹੋਇਆ, ਔਰ ਪੂਰੀ ਸ਼ਰਟ ਦੇਖੋ ਛੋਟੇ 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 ਸਟੋਨ ਇਸ ਤਰ੍ਹਾਂ ਕਰਕੇ ਲਗਾਏ ਹੋਏ। ਘੇਰੇ 'ਤੇ ਦੇਖੋ ਇਹਦਾ ਫੁੱਲ ਹੈਵੀ ਬਾਰਡਰ, ਐਡਜਸਟੇਬਲ ਹੈ ਜੀ, ਤੁਸੀਂ ਆਪਣੇ ਨਾਪ ਦੇ ਅਕੋਰਡਿੰਗ ਐਡਜਸਟ ਕਰ ਲੈਣਾ ਸ਼ਰਟ। ਇੱਧਰ ਆਪਾਂ ਨੂੰ ਇਹ ਬਾਜੂ 'ਤੇ ਵੀ ਮਿਲੇਗਾ, ਇਹ ਬਾਹਾਂ 'ਤੇ ਮਿਲ ਜਾਏਗਾ ਆਪਾਂ ਨੂੰ, ਇਹ ਵਾਲਾ ਬਾਰਡਰ ਪਲੇਨ ਰਹੇਗੀ ਇਹ 'ਚ ਬੋਟਮ।
ਦੁਪੱਟਾ ਇਹਦਾ ਬਹੁਤ ਸੋਹਣਾ, ਬਹੁਤ ਹੀ ਹੈਵੀ ਆ। ਔਰਗੈਂਜ਼ਾ ਦਾ ਦੁਪੱਟਾ ਫੁੱਲ ਐਮਬਰਾਇਡਰੀ, ਬਹੁਤ ਹੀ ਪਿਆਰਾ, ਸਭ ਤੋਂ ਪਿਆਰਾ ਦੁਪੱਟਾ ਹੈ ਜਿਹਦਾ। ਦੇਖੋ ਤੁਸੀਂ ਦੁਪੱਟੇ ਦੀ ਲੁੱਕ, ਫੁੱਲ ਔਰਗੈਂਜ਼ਾ ਦਾ ਦੁਪੱਟਾ, ਪੂਰਾ ਦੁਪੱਟਾ ਨਾ ਐਮਬਰਾਇਡਰੀ ਹੋਈ ਵੀ ਹੈ, ਬਹੁਤ ਬਰੀਕ ਕੰਮ ਹੋਇਆ ਵਾ ਇੱਥੇ, ਬਿਲਕੁਲ ਵੀ ਖਰਾਬ ਨਹੀਂ ਹੋਊਗਾ। ਔਰ ਫੋਰ ਸਾਈਡ ਇਹਦੇ ਇਸ ਤਰ੍ਹਾਂ ਕਰਕੇ ਬਾਰਡਰ ਵੀ ਹੈ। ਇਹ ਵੀ ਸੇਲ ਓਫਰ 'ਚ ਸੂਟ ਹੈ ਜੀ, ਸਿੰਗਲ ਹੀ ਸੂਟ ਆਪਣੇ ਕੋਲ 2450 2450 2450 'ਚ ਇਹ ਸੂਟ ਰਹੇਗਾ। ਜਿਹੜਾ ਆਪਾਂ ਤੁਹਾਨੂੰ ਨੈਕਸਟ ਦੇ ਰਹੇ ਹਾਂ ਵੀ ਔਰਗੈਂਜ਼ਾ 'ਤੇ, ਆਹ ਵਾਲਾ ਜਿਹੜਾ ਸਟੱਫ ਆ ਜੀ ਸੂਟ ਦਾ, ਇਹ ਨਾ ਸ਼ਰਟ ਔਰਗੈਂਜ਼ਾ 'ਤੇ ਨਹੀਂ ਹੈ, ਸ਼ਰਟ ਦਾ ਫੈਬਰਿਕ ਹੋਰ ਹੈ, ਇਹ ਥੋੜ੍ਹਾ ਜਿਹਾ ਦੇਖੋ ਸ਼ਾਈਨ ਦੇ ਵਿੱਚ ਹੈ ਫੈਬਰਿਕ, ਤੁਹਾਨੂੰ ਅਸੀਂ ਨੇੜੇ ਤੋਂ ਦਿਖਾ ਰਹੇ ਹਾਂ। ਦੁਪੱਟਾ ਔਰਗੈਂਜ਼ਾ ਦਾ ਹੈ, ਇਹ ਪਿਓਰ ਦੇ ਨੇ, ਜਿਹੜਾ ਤੁਹਾਨੂੰ ਮੈਂ ਹੁਣ ਸੂਟ ਦਿਖਾ ਰਹੀ ਹਾਂ ਇਹਦਾ ਸਟੱਫ ਸ਼ਰਟ ਦਾ ਔਰਗੈਂਜ਼ਾ ਜੀ। ਇਹਦੇ ਵੀ ਬਹੁਤ ਸੋਹਣੀ ਐਮਬਰਾਇਡਰੀ ਹੋਈ ਵੀ ਹੈ ਨੈੱਕ 'ਤੇ, ਚੈੱਕ ਕਰ ਸਕਦੇ ਹੋ, ਬਹੁਤ ਸੋਹਣਾ ਨੈੱਕ 'ਤੇ ਬਰੀਕ ਜਿਹਾ ਕੰਮ ਹੋਇਆ ਵਾ, ਬਿਲਕੁਲ ਵੀ ਖਰਾਬ ਹੋਣ ਵਾਲਾ ਨਹੀਂ ਹੈ, ਬਰੀਕ ਬਰੀਕ ਬੂਟੀ ਹੈ ਔਰ ਫੁੱਲ ਨੈੱਕ ਹੈਵੀ ਬਣਿਆ ਹੋਇਆ, ਸਾਰੀ ਸ਼ਰਟ ਦੇ ਵਿੱਚ ਬੂਟੀ ਬਣੀ ਹੋਈ ਹੈ। ਅਤੇ ਆਪਾਂ ਨੂੰ ਬਾਰਡਰ ਦੇਖੋ ਘੇਰੇ 'ਤੇ ਬਹੁਤ ਸੋਹਣਾ ਬਾਰਡਰ ਮਿਲ ਜਾਂਦਾ, ਇਹ ਸਾਰਾ ਵਰਕ ਹੋਇਆ ਵਾ, ਵਿਸਕੋਸ ਔਰਗੈਂਜ਼ਾ ਰਹੇਗਾ ਸਟੱਫ, ਸ਼ੈਂਟੂਨ ਦੀ ਆਪਾਂ ਨੂੰ ਪਿਓਰ ਦਾ ਰਹੇਗਾ, ਪਿਓਰ ਸ਼ੈਂਟੂਨ ਹੈ ਜੀ ਇਹ ਫੈਬਰਿਕ, ਜਿਹੜਾ ਬੋਟਮ ਦਾ ਮਿਲੇਗਾ, ਬਹੁਤ ਸੋਹਣਾ ਔਰਗੈਂਜ਼ਾ ਦਾ ਦੁਪੱਟਾ ਮਿਲੇਗਾ, ਸਟੱਫ ਔਰਗੈਂਜ਼ਾ ਰਹੇਗਾ, ਫੁੱਲ ਦੁਪੱਟੇ ਦੇ ਵਿੱਚ ਐਮਬਰਾਇਡਰੀ ਹੋਈ ਵੀ ਹੈ ਔਰ ਕਟਵਰਕ ਵੀ, ਕਟਵਰਕ ਦੇ ਨਾਲ ਫਿਨਿਸ਼ਿੰਗ ਹੋਈ ਵੀ ਹੈ ਅਤੇ ਫੁੱਲ ਦੁਪੱਟੇ ਦੇ ਵਿੱਚ ਐਮਬਰਾਇਡਰੀ ਹੈ, ਔਰਗੈਂਜ਼ਾ ਦਾ ਹੀ ਦੁਪੱਟਾ ਹੈ। ਇਹ ਵੀ ਸਿੰਗਲ ਹੀ ਹੈ ਜੀ ਆਪਣੇ ਕੋਲ ਸੂਟ, ਇਸ ਲਈ ਇਹਦਾ ਪ੍ਰਾਈਜ਼ ਹੈਗਾ ਜੀ 2250 2250 2250 ਦਾ ਪ੍ਰਾਈਜ਼ ਹੈ, ਸਿੰਗਲ ਕਲਰ ਹੈ ਜੀ। ਜਿਹੜੇ ਤੁਹਾਨੂੰ ਹੁਣ ਆਪਾਂ ਪੀਸ ਦਿਖਾ ਰਹੇ ਹਾਂ ਜੀ, ਇਹ ਹੈਗੇ ਨੇ ਬਨਾਰਸੀ ਦੇ ਵਿੱਚ ਔਰਗੈਂਜ਼ਾ ਆਏਗਾ ਸਟਾਫ, ਇਹ ਵੀ ਔਰਗੈਂਜ਼ਾ, ਦੇਖੋ ਇਹ ਬਨਾਰਸੀ ਔਰਗੈਂਜ਼ਾ ਹੈ, ਜਿਹੜਾ ਫਰੰਟ ਹੈ ਇਹ ਸਾਰੀ ਬਨਾਰਸੀ ਵੀਵਿੰਗ ਹੋਈ ਵੀ, ਔਰ ਬੈਕ ਦੇਖੋ ਪਲੇਨ ਆ, ਬੈਕ ਤਾਂ ਜਿਹੜਾ ਹੈਗਾ ਪਲੇਨ ਔਰਗੈਂਜ਼ਾ ਦਾ ਸਟੱਫ ਹੈ, ਫਰੰਟ ਰਹੇਗਾ ਇਹ ਬਨਾਰਸੀ ਔਰਗੈਂਜ਼ਾ। ਇਸ ਤਰ੍ਹਾਂ ਨੈੱਕ ਬਣਿਆ ਹੋਇਆ ਕੁੰਦਨ ਵਰਕ ਦੇ ਨਾਲ, ਕੰਟਰਾਸਟ ਦੇਖੋ ਉਹਦਾ ਆਪਣਾ ਥਰੈਡ ਦਾ, ਥਰੈਡ ਅਤੇ ਕੁੰਦਨ ਵਰਕ ਦਾ ਜਿਹੜਾ ਜੀ ਨੈੱਕ ਬਣਿਆ ਹੋਇਆ, ਬੈਕ ਮਿਲੇਗੀ ਪਲੇਨ, ਬੋਟਮ ਵੀ ਮਿਲੇਗੀ ਆਪਾਂ ਨੂੰ ਸੇਮ ਹੀ, ਕੰਟਰਾਸਟ ਦੇ ਵਿੱਚ ਰਹੇਗਾ ਦੁਪੱਟਾ, ਦੁਪੱਟਾ ਰਹੇਗਾ ਜੀ ਫੁੱਲ ਪਿਓਰ ਦਾ, ਗੋਟਾ ਪੱਤੀ ਦਾ ਕੰਮ ਹੋਇਆ ਵਾ ਦੁਪੱਟੇ ਦੇ ਵਿੱਚ, ਇਹ ਰਹੇਗਾ ਜੀ ਪਿੰਕ ਦੁਪੱਟੇ ਦਾ ਕੰਟਰਾਸਟ, ਗੋਟਾ ਪੱਤੀ ਦਾ ਵਰਕ ਹੋਇਆ ਵਾ ਵਿੱਚ ਫੁੱਲ ਦੁਪੱਟੇ ਦੇ, ਇੱਦਾਂ ਰਹੇਗੀ ਜੀ ਲੁੱਕ। ਇਹਦੇ ਵਿੱਚ ਆਪਣੇ ਕੋਲ ਨਾ ਤਿੰਨ ਕਲਰ ਹੈ, ਇੱਕ ਕਲਰ ਤਾਂ ਇਹ ਹੋ ਗਏ,
ਇਹ ਹੋ ਗਿਆ ਜੀ ਸੈਕਿੰਡ ਕਲਰ। ਹਲਦੀ ਰਸਮ 'ਤੇ ਜਿਹੋ ਜਿਹਾ ਆਪਾਂ ਕਲਰ ਪਾਉਣੇ ਹੁੰਦੇ ਜੀ, ਉਹ ਵਾਲਾ ਕਲਰ ਹੈ ਇਹ, ਫੰਕਸ਼ਨ ਵਾਲਾ, ਬਹੁਤ ਸੋਹਣਾ ਫੰਕਸ਼ਨ ਵਾਲਾ ਸੂਟ ਹੈ ਇਹ। ਇਹ ਰਹੇਗੀ ਜੀ ਬੋਟਮ, ਸੇਮ ਹੀ ਹੈ, ਪਲੈਨ ਬੈਕ ਇਹਦੀ ਪਲੇਨ ਮਿਲੇਗੀ, ਇਹ ਫਰੰਟ ਮਿਲੇਗਾ ਆਪਾਂ ਨੂੰ ਸ਼ਰਟ ਦਾ, ਔਰ ਕੰਟਰਾਸਟ ਦੇ ਵਿੱਚ ਦੁਪੱਟਾ ਰਹੇਗਾ। ਦੁਪੱਟਾ ਪਹਿਲਾਂ ਆਪਾਂ ਤੁਹਾਨੂੰ ਖੋਲ੍ਹ ਕੇ ਦਿਖਾਈ ਦਿੱਤਾ ਜੀ, ਫੁੱਲ ਪਿਓਰ ਦਾ ਦੁਪੱਟਾ, ਗੋਟਾ ਪੱਤੀ ਦਾ ਵਰਕ ਹੈ, ਇਸ ਤਰ੍ਹਾਂ ਕਰਕੇ ਦੇਖੋ ਫਿਨਿਸ਼ਿੰਗ ਹੋਈ ਵੀ ਸੇਮ ਸੂਟ ਨਾਲ। ਇਹ ਬੋਰਡਰ ਮਿਲੇਗਾ ਹੋਰ ਸਾਈਡ 'ਤੇ, ਇਹ ਦੁਪੱਟਾ ਮਿਲੇਗਾ, ਇਹ ਰਹੇਗਾ ਜੀ ਸੂਟ ਆਪਣਾ ਯੈਲੋ ਦੇ ਨਾਲ ਕੰਟਰਾਸਟ। ਨੈਕਸਟ ਕਲਰ ਦੇਖ ਲਓ ਜੀ, ਤਿੰਨ ਕਲਰ ਇਹਦੇ ਵਿੱਚ, ਰੋਜੀ ਆ ਗਿਆ ਸੂਟ ਆਪਣਾ, ਇਹ ਵੀ ਪਿੰਕ ਕੰਟਰਾਸਟ ਨਾਲ ਆਏਗਾ। ਦੁਪੱਟੇ 'ਤੇ ਨਾ ਸੇਮ ਬੋਰਡਰ ਮਿਲੇਗਾ ਆਪਾਂ ਨੂੰ ਸੂਟ ਨਾਲ ਦਾ, ਇਸ ਤਰ੍ਹਾਂ ਦੀ ਕਰਕੇ ਪੱਟੀ, ਹੋਰ ਸਾਈਡ ਫਿਨਿਸ਼ਿੰਗ ਹੋਈ ਵੀ ਹੈ। ਪਲਾਸੇ ਦੇ ਵਿੱਚ ਇਸ ਤਰ੍ਹਾਂ ਰਹੇਗਾ ਜੀ, ਇਹ ਗੋਟਾ ਪੱਤੀ ਦਾ ਕੰਮ ਮਿਲੂਗਾ ਆਪਾਂ ਨੂੰ, ਅਤੇ ਇਹ ਸਾਰੀ ਆਪਣੀ ਫਿਨਿਸ਼ਿੰਗ ਹੋਈ ਵੀ ਹੈ। 1950 1950 ਰਹੇਗਾ ਜੀ ਇਹਦਾ ਪ੍ਰਾਈਜ਼। ਇਹ ਆਪਣੇ ਕੋਲ ਦੋ ਸੂਟ ਹੋਰ ਆ ਰਗੈਂਜਾ ਦੇ, ਇਹ ਵੀ ਤੁਹਾਨੂੰ ਮੈਂ ਨਾ ਖੋਲ੍ਹ ਕੇ ਦਿਖਾ ਦਿੰਦੀ ਹਾਂ। ਇਹਦੇ ਵਿੱਚ ਕੀ ਸੀ ਜੀ, ਇਹਦੇ ਵਿੱਚ ਬੋਟਮ ਆ ਜਿਹੜੀ ਉਹ ਕੋਟਨ ਦੀ ਹੈ, ਸ਼ਰਟ ਦੇ ਦੁਪੱਟਾ ਔਰਗੈਂਜਾ ਦਾ ਹੀ ਰਹੇਗਾ। ਇਹ ਨਾ ਸਿਲਕ ਦੇ ਵਿੱਚ ਜਿਵੇਂ ਔਰਗੈਂਜਾ ਹੁੰਦਾ ਉਸ ਟਾਈਪ ਦਾ ਜੀ, ਇਹ ਵਿਸਕੋਸ ਔਰਗੈਂਜਾ ਨਹੀਂ ਹੈ, ਜਿਵੇਂ ਥੋੜ੍ਹਾ ਜਿਹਾ ਦੇਖੋ ਸ਼ਿਮਰ ਟਾਈਪ ਦੇ ਵਿੱਚ ਸ਼ਾਈਨ, ਜਿਵੇਂ ਕਿ ਸ਼ਿਮਰ ਦੇ ਵਿੱਚ ਆਉਂਦਾ ਨਾ ਔਰਗੈਂਜਾ, ਉਸ ਤਰ੍ਹਾਂ ਕਰਕੇ ਜੀ ਸ਼ਾਈਨ ਮਿਲੇਗੀ, ਵਿਸਕੋਸ ਔਰਗੈਂਜਾ ਨਹੀਂ ਹੈ। ਇਹ ਬਹੁਤ ਸੋਹਣਾ ਨੈਕ ਬਣਿਆ ਹੋਇਆ ਇਹਦਾ, ਸਾਰਾ ਥਰੈਡ ਵਰਕ ਦੇ ਨਾਲ, ਔਰ ਨੈਕ ਦੇਖੋ ਬਟਨ ਦੇ ਨਾਲ ਫਿਨਿਸ਼ ਹੋਈ ਵੀ ਜੀ, ਪਾਈਪਿੰਗ ਦੇ ਨਾਲ ਫਿਨਿਸ਼ਿੰਗ ਸਾਰੀ ਹੋਈ ਵੀ ਇਹਦੀ। ਇਸ ਤਰ੍ਹਾਂ ਦਾ ਫੈਬਰਿਕ ਰਹੇਗਾ ਸ਼ਰਟ ਦਾ, ਬੋਟਮ ਇਹਦੇ ਨਾਲ ਰਹੇਗੀ ਮੈਚਿੰਗ ਦੇ ਵਿੱਚ ਕੋਟਨ ਦੀ, ਔਰ ਦੁਪੱਟਾ ਬਹੁਤ ਸੋਹਣਾ ਹੈਵੀ ਰਹੇਗਾ ਜੀ ਔਰਗੈਂਜਾ ਦਾ। ਬਹੁਤ ਸੋਹਣੇ ਡਿਜ਼ਾਈਨਰ ਜੀ ਦੁਪੱਟੇ ਇਹਨਾਂ ਦੇ, ਇਹ ਲੁੱਕ ਰਹੇਗੀ ਜੀ ਦੁਪੱਟੇ ਦੀ। ਸੇਲ ਆਫਰ ਦੇ ਵਿੱਚ ਸੂਟ ਹੈ ਜੀ ਇਹ 1650 ਓਨਲੀ 1650 ਦੇ ਵਿੱਚ ਇਹ ਸੂਟ ਮਿਲ ਜਾਏਗਾ ਤੁਹਾਨੂੰ। ਤੁਸੀਂ ਇਹ ਸੂਟ ਦੇਖ ਸਕਦੇ, ਇੱਕ ਇਹਦੇ ਵਿੱਚ ਕਲਰ ਬਹੁਤ ਪਿਆਰਾ ਜਿਹਾ ਕਲਰ ਹੈ, ਇੱਕ ਕਲਰ ਇਹ ਮਿਲ ਜਾਏਗਾ ਜੀ, ਇਹ ਰਹੇਗਾ ਸੈਕਿੰਡ ਕਲਰ। ਸੇਮ ਹੀ ਦੁਪੱਟਾ ਦੇਖੋ ਹੋਲ ਨਾ ਫਿਨਿਸ਼ਿੰਗ ਹੋਈ ਵੀ ਇਸ ਤਰ੍ਹਾਂ ਕਰਕੇ, ਪਾਈਪਿੰਗ ਹੈਵੀ ਐਮਬਰਾਇਡਰੀ ਦੇ ਨਾਲ, ਬਹੁਤ ਸੋਹਣੀ ਲੈਸ ਲੱਗੀ ਹੋਈ ਹੈ ਪੱਲਿਆਂ 'ਤੇ, ਬਹੁਤ ਹੈਵੀ ਜਿਹਾ ਕੰਮ ਹੋਇਆ ਵਾ ਦੁਪੱਟੇ 'ਤੇ, ਡਿਜ਼ਾਈਨਰ ਜੇ ਦੁਪੱਟੇ ਇਹਨਾਂ ਦੀ ਔਰਗੈਂਜਾ ਦੇ। ਇਹਨਾਂ ਸੂਟਾਂ ਦਾ ਪ੍ਰਾਈਜ਼ ਰਹੇਗਾ ਜੀ ਓਨਲੀ 1650 1650। ਕੋਈ ਵੀ ਸੂਟ ਤੁਹਾਨੂੰ ਇਹ 'ਚ ਪਸੰਦ ਆਉਂਦਾ ਜੀ, ਤੁਸੀਂ ਸਕਰੀਨਸ਼ੋਟ ਲੈ ਕੇ ਸਾਡੇ ਨਾਲ ਵਟਸਐਪ 'ਤੇ ਕੰਟੈਕਟ ਕਰ ਲੈਣਾ, ਅਤੇ ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ, ਔਰ ਕਮੈਂਟ ਕਰਕੇ ਦੱਸਿਆ ਕਰੋ ਕਿ ਸਾਡੀ ਕਲੈਕਸ਼ਨ ਤੁਹਾਨੂੰ ਕਿੱਦਾਂ ਦੀ ਲੱਗਦੀ ਹੈ।
ਬਾਕੀ ਜੋ ਮੇਰੀਆਂ ਭੈਣਾਂ ਸਾਡੇ ਚੈਨਲ ਨੂੰ ਪਹਿਲੀ ਵਾਰੀ ਦੇਖ ਰਹੇ ਨੇ ਜੀ, ਪਹਿਲੀ ਵਾਰੀ ਇਹ ਚੈਨਲ ਉੱਤੇ ਵਿਜਿਟ ਕਰਨੇ, ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਕੇ ਜਾਣਾ। ਮਿਲਦੇ ਹਾਂ ਜੀ ਨੈਕਸਟ ਵੀਡੀਓ 'ਚ। ਧੰਨਵਾਦ ਜੀ।